ਕੁਰਾਨ ਦੇ ਉੱਚ ਦੇ 550ੇ ਪ੍ਰਕਾਸ਼ਪੁਰ ਨੂੰ ਸਮਰਪਿਤ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਪੰਜਾਬ ਚ ਜਲੰਧਰ ਦੇ ਵਿੱਚ 29 ਨਵੰਬਰ ਤੋਂ 1 ਦਸੰਬਰ ਤੱਕ ਹੋਣੀ ਹੈ ਔਰ ਇਹਨਾਂ ਕੁਸ਼ਤੀ ਮੁਕਾਬਲਿਆਂ ਚ 1400 ਤੋਂ ਵੱਧ ਦੇ ਪਹਿਲਵਾਨ ਹਿੱਸਾ ਲੈਣਗੇ ਇਹਨਾਂ ਮੁਕਾਬਲਿਆਂ ਦਾ ਪ੍ਰਬੰਧ ਕਰਵਾ ਰਹੇ 올ੰਪੀਅਨ ਪਦਮਸ਼੍ਰੀ ਕਰਤਾਰ ਸਿੰਘ ਪਹਿਲਵਾਨ ਜੀ ਦੀ ਅਮਰੀਕਾ ਮੌਜੂਦ ਨੇ ਤੇ ਉੱਥੋਂ ਦੇ ਪਹਿਲਵਾਨਾਂ ਨੂੰ ਵੀ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ ਬੀਤੇ ਦਿਨ ਕੈਲੀਫੋਰਨੀਆ ਸੂਬੇ ਦੇ ਫਰੇਜ਼ਨੋ ਸ਼ਹਿਰ ਵਿਖੇ ਪਦਮਸ਼੍ਰੀ ਕਰਤਾਰ ਸਿੰਘ ਪਹਿਲਵਾਨ ਦੇ ਅਮਰੀਕਾ ਪੁੱਜਣ ਤੇ ਇੱਕ ਸਵਾਗਤੀ ਬੈਠਕ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਦੱਸਿਆ ਗਿਆ ਕਿ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਪੰਜਾਬ ਵਿੱਚ 29 ਨਵੰਬਰ ਤੋਂ ਲੈ ਕੇ 1 ਦਸੰਬਰ ਤੱਕ ਰਾਸ਼ਟਰੀ ਪੱਧਰ ਦੇ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਨੇ। ਇਸ ਬੈਠਕ ਵਿੱਚ ਵੱਡੀ ਗਿਣਤੀ ਵਿੱਚ ਕੁਸ਼ਤੀ ਅਤੇ ਕਬੱਡੀ ਪ੍ਰੇਮੀਆ ਨੇ ਹਿੱਸਾ ਲਿਆ ਅਤੇ ਕਿਹਾ ਕਿ ਕਰਤਾਰ ਸਿੰਘ ਪਹਿਲਵਾਨ ਦਾ ਭਾਰਤ ਦੀ ਕੁਸ਼ਤੀ ਖੇਡ ਨੂੰ ਬਹੁਤ ਵੱਡਾ ਯੋਗਦਾਨ ਹੈ ਅਤੇ ਅਜਿਹੇ ਖੇਡ ਮੁਕਾਬਲੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਵਿੱਚ ਵੱਡਾ ਯੋਗਦਾਨ ਦਿੰਦੇ ਨੇ। ਹਾਂਜੀ ਸਾਡੇ ਕੋਲ ਅੱਜ ਪਦਮ ਸ੍ਰੀ ਕਰਤਾਰ ਸਿੰਘ ਦੀ ਫਰिजਨਾ ਵਿੱਚ ਆਏ ਨੇ ਤੇ ਉਹ ਬਹੁਤ ਵੱਡਾ ਪ੍ਰਾਰਲਾ ਕਰ ਰਹੇ ਨੇ। ਕਿ 550 50 ਸਾਲ ਗੁਰਪੁਰਪਤੇ نیشنل ਕਰਵਾ ਰਹੇ ਜੋ ਜਲੰਧਰ ਪੀਪੀ ਚੌਂਕ 'ਚ ਹੋ ਰਹੀ ਆ ਤੇ ਸਾਨੂੰ ਸਾਰੇ ਐਨਆਰਆ ਨੂੰ ਉਹਨਾਂ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਤੇ ਜਿੰਨੇ ਵੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਤਾਂ ਕਿ ਨਵੀਂ ਆਉਣ ਵਾਲੀ ਪੀੜ੍ਹੀ ਰੈਸਲਿੰਗ ਦੇ ਵਿੱਚ ਹਿੱਸਾ ਲਵੇ ਤੇ ਨਸ਼ਿਆਂ ਤੋਂ ਬਚੇ ਇਸ ਫੰਕਸ਼ਨ ਤੇ ਜਾਓ ਜਿਹਦੇ ਵਿੱਚ ਸਾਡੇ ਬੱਚੇ ਗਾਂ ਜਿਹੜੇ ਫਿਊਚਰ ਜਿਹੜਾ ਸਾਡਾ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਆ ਉਹ ਕਿਸੇ ਚੰਗੇ ਬੰਨੇ ਲੱਗੇ ਔਰ ਦੇਖੇ ਕਿ ਅਸੀਂ ਵੀ ਗਾਂ ਵੱਡੇ ਹੋ ਕੇ ਕਰਤਾਰ ਸਿੰਘ ਵਰਗੇ ਬਣਨਾ ਸਰਦਾਰ ਕਰਤਾਰ ਸੁਹਾਣੀ ਪਹਿਲਵਾਨ ਰਥਮੇਂਦ ਜੰਪਾਦੂ ਸਿਰੀ ਆਏ ਉਹ ਬੜਾ ਚੰਗਾ ਮੈਸੇ ਬੜਾ ਚੰਗੇ ਜਿਹੜੀ ਉਹਨਾਂ ਨੇ ਪੰਜਾਬ ਦੇ ਵਿੱਚ ਕੁਲਵਾਨੀ ਨੂੰ ਸਪੋਰਟ ਕਰਨ ਦੇ ਲਈ ਇੱਥੇ ਇੱਕ ਮੀਟਿੰਗ ਕੀਤੀ ਗਈ ਲੋਕਾਂ ਨੂੰ ਬਹੁਤ ਉਹਦੇ ਬਾਰੇ ਉਤਸ਼ਾਹ ਦਿਖਾ ਰਿਹਾ ਕਿਉਂਕਿ ਹਮੇਸ਼ਾ ਹੀ ਸਪੋਰਟਸ ਜਿਹੜੀਆਂ ਹੈਗੀਆਂ ਇਹ ਸਾਡੀ ਆਉਣ ਵਾਲੀ ਪਨੀਰੀ ਨੂੰ ਸਾਂਭਣ ਲਈ ਬਹੁਤ ਵੱਡਾ ਉਪਰਾਲਾ ਆ ਇਹਦੇ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੰਨਾ ਵੀ ਅਸੀਂ ਯੋਗਦਾਨ ਪਾ ਸਕੀਏ ਪਾਉਣਾ ਚਾਹੀਦਾ ਹੈ ਇਸ ਦੌਰਾਨ ਕਰਤਾਰ ਸਿੰਘ ਨੇ ਦੱਸਿਆ ਕਿ ਜਲੰਧਰ ਦੇ ਪੀਏਪ ਇੰਡੋਰ ਸਟੇਡੀਅਮ ਵਿਖੇ ਯੋਜਿਤ ਹੋਣ ਵਾਲੀ ਇਹ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ 24 ਸਾਲਾਂ ਬਾਅਦ ਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ 1400 ਤੋਂ ਵੱਧ ਨਾਮੀ ਪਹਿਲਵਾਨ ਹਿੱਸਾ ਲੈਣਗੇ ਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਪ ਨੂੰ ਸਮਰਪਿਤ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਜੋ 29 ਤੀ 30 ਨਵੰਬਰ ਤੇ 1 ਦਸੰਬਰ 2019 ਨੂੰ ਹੋ ਰਹੀ ਆ ਉਹਦੇ ਸਬੰਧ ਵਿੱਚ ਮੈਂ ਇਨਵੀਟੇਸ਼ਨ ਦੇਣ ਆਇਆ ਸਾਰੇ ਪ੍ਰਵਾਸੀ ਵੀਰਾਂ ਨੂੰ ਕਿਉਂਕਿ ਹਰ ਟਾਈਮ ਇਹਨਾਂ ਦਾ ਸਾਡਾ ਜੋਗਦਾਨ ਹੁੰਦਾ ਹੈ ਸਪੋਰਟਸ ਲਈ ਲੈ ਲਓ ਹੋਰ ਕੋਈ ਵੀ ਪ੍ਰੋਗਰਾਮ ਕਰਾਉਣਾ ਹੋਵੇ ਤੇ ਸਾਡੇ ਵੀਰ ਹਮੇਸ਼ਾ ਸਾਡੇ ਨਾਲ ਬੋੜੇ ਨਾਲ ਮੋਢਾ ਜੋੜ ਕੇ ਚੱਲਦੇ ਆ ਤੇ ਇਹਨਾਂ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਆ ਕੇ ਅੱਖੀਂ ਡਿਠਾ ਹਾਲ ਦੇਖੋ 24 ਸਾਲ ਬਾਅਦ ਪੰਜਾਬ ਨੂੰ ਮੌਕਾ ਮਿਲਿਆ ਆ ਔਰ ਇਹਦੇ ਵਿੱਚ 29 ਸਟੇਟ ਜਿਹੜੇ ਆਪਣੇ ਸੂਬੇ ਆ ਹਿੰਦੁਸਤਾਨ ਦੇ ਔਰ ਦੋ ਬੋਰਡ ਆ ਰੇਲਵੇ ਬੋਰਡ ਤੇ ਸਰਵਿਸ ਬੋਰਡ ਇਹਦੇ ਤਕਰੀਬਨ ਤਿੰਨ ਸਟਾਈਲ ਆ ਫਿਰ ਇੱਕ ਫੀਮੇਲ ਸਟਾਈਲ ਔਰ ਦੋ ਗ੍ਰਿਕ ਰੋਮ ਤੇ ਇੱਕ ਫ੍ਰੀ ਸਟਾਈਲ ਇਹ ਹਰ weight ਹਰ ਸਟਾਈਲ ਦੇ 10-10 categories 10-10 ਉਹਨਾਂ ਦੇ gold medal ਹੋਣਗੇ ਤੇ ਔਰ 29 ਤਰੀਕ ਨੂੰ ਇਹ ਫ੍ਰੀ ਸਟਾਈਲ ਦੇ 10 gold ਜਿਹੜੇ ਸ਼ੁਰੂ ਹੁੰਦੇ ਆ ਔਰ ਸ਼ਾਮ ਤੱਕ ਫਾਈਨਲ ਹੋ ਜਾਂਦੇ ਆ ਔਰ 30 ਤਰੀਕ ਨੂੰ ਲਟਕੀਆਂ ਦੀਆਂ ਕੁਸ਼ਤੀਆਂ ਹੋਣਗੀਆਂ ਉਹ 10 weight categories ਹੋਣਗੀਆਂ ਤਾਂ ਸ਼ਾਮ ਨੂੰ ਫਾਈਨਲ ਮੁਕਾਲ ਫਾਈਨਲ ਹੋ ਜਾਣਗੇ ਔਰ ਪਹਿਲੀ ਦਸੰਬਰ ਨੂੰ ਗ੍ਰੀਕੋ ਰੋਮ ਦੇ 10 ਮੁਕਾਬਲੇ ਸ਼ੁਰੂ ਹੋਣਗੇ ਸ਼ਾਮ ਨੂੰ ਫਾਈਨਲ ਹੋਣਗੇ ਜਲੰਧਰ ਵਿਖੇ ਪੀਪੀ ਐਮਐਸ ਪੁਲਾ ਸਟੇਡੀਅਮ ਇੰਡੋਰ ਸਟੇਡੀਅਮ ਆ ਪੀਪੀ ਦੇ ਵਿੱਚ ਬਹੁਤ ਸੋਹਣਾ ਬਣਾਇਆ ਪੁਲਾ ਸਾਹਿਬ ਨੇ ਆਪਣੇ ਹੱਥਾਂ ਨਾਲ ਔਰ ਉਹਦੇ ਵਿੱਚ ਇਹ ਮੁਕਾਬਲੇ ਹੋਣਗੇ ਔਰ ਮੈਂ ਸਮਝਦਾ ਕਿ ਜਲੰਧਰ ਵਾਸੀਆਂ ਲਈ ਬਹੁਤ ਵੱਡੀ ਗੱਲ ਆ ਪੰਜਾਬ ਵਾਸੀਆਂ ਲਈ ਬਹੁਤ ਵੱਡੀ ਵੱਡੀ ਗੱਲ ਆ ਤੇ ਸਭ ਤੋਂ ਵੱਡੀ ਗੱਲ ਆ ਇਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਕਰ ਰਿਹਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉੱਥੇ ਹੋਮ ਆ ਕੇ ਆਓ ਔਰ ਅਖਿੰਡਾ ਹਾਲ ਵੇਖੋ ਕਿਉਂਕਿ ਸਾਡੇ ਸਾਥੀਆਂ ਨੂੰ ਪਹਿਲਵਾਨੀ ਨਾਲ ਪਿਆਰ ਆ ਕਿਉਂਕਿ ਮੈਂ ਵੀ ਪਹਿਲਵਾਨੀ ਕਰਦਾ ਰਿਹਾ ਫਿਰੇ ਨਾਲ ਪਿਆਰ ਕਰਦੇ ਔਰ ਪਹਿਲਵਾਨੀ ਨੂੰ ਪਿਆਰ ਕਰਦੇ ਆ ਤੇ ਉੱਥੇ ਦਰਸ਼ਨ ਦਿਓ ਕਿ ਤੇ ਮੈਨੂੰ ਖੁਸ਼ੀ ਹੋਗੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਸਾਡੀਆਂ ਸ਼ੁਭ ਕਾਮਨਾਵਾਂ ਵੀ ਤੁਹਾਡੇ ਨਾਲ ਨੇ ਔਰ 29 30 ਤੇ ਲੈ ਕੇ 1 ਦਸੰਬਰ ਜਿਹੜਾ ਹੈਗਾ ਉਹ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਹੋ ਰਹੀ ਹੈ ਉਹਦੇ ਵਾਸਤੇ ਕਰਤਾਰ ਸਿੰਘ ਪਦਮਸ਼ਰੀ ਕਰਤਾਰ ਸਿੰਘ ਜਿਹੜੇ ਆ ਯੂਐਸਏ ਆਏ ਨੇ ਐਨਆਰਆਈ ਪ੍ਰਵਾਸੀਆਂ ਨੂੰ ਸੱਦਾ ਦੇਣ ਤਾਂ ਕਿ ਇੱਥੇ ਦੇ ਲੋਕ ਉੱਥੇ ਆ ਕੇ ਇਹਨਾਂ ਕੁਸ਼ਤੀਆਂ ਦਾ ਆਨੰਦ ਮਾਣ ਸਕਣ ਔਰ ਖੇਡਾਂ ਨਾਲ ਜੁੜ ਸਕਣ ਨੌਜਵਾਨਾਂ ਨੂੰ ਹੋਰ ਜ਼ਿਆਦਾ ਪ੍ਰੇਰਿਆ ਜਾ ਸਕੇ ਕਿ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਕੁਮਾਰ ਸਿੰਘ ਜੀ ਪੀਟੀਸੀ ਨਿਊਜ਼ ਫਰੇਜ਼ਨੋ ਕੈਲੀਫੋਰਨੀਆ